ਨੇ ਕੰਮ ਨਹੀਂ ਲੈਣਾ ਤੇਰਾ, ਕਰ ਦਿੰਦੇ ਨੇ ਸਾਡੇ ਜਾਣ, ਕੰਮ ਨਹੀਂ ਲੈਣਾ ਤੇਰਾ। ਉਹ ਚੰਦਨ ਵੀ ਜਾਂਦਾ ਜਿਹਦਾ ਚੰਦਨ ਸੱਗ ਵਸੇਰਾ, ਉਹ ਚੰਦਨ ਹੋ ਜਾਂਦਾ ਜਿਹਦਾ ਚੰਦਨ ਸੱਗ ਵਸੇਰਾ, ਉਹ ਚੰਦਨ ਹੋ ਜਾਂਦਾ ਜਿਹਦਾ ਚੰਦਨ ਸੱਗ ਵਸੇਰਾ, ਉਹ ਚੰਦਨ ਹੋ ਜਾਂਦਾ ਜਿਹਦਾ ਚੰਦਨ ਸੱਗ ਵਸੇਰਾ। ਜਿਹੜੇ ਗੁਰਾਂ ਨਾਲ ਜੁੜ ਜਾਂਦੇ ਨੇ, ਜਿਹੜੇ ਗੁਰਾਂ ਨਾਲ ਜੁੜ ਜਾਂਦੇ ਨੇ, ਜਿਹੜੇ ਗੁਰਾਂ ਨਾਲ ਜੁੜ ਜਾਂਦੇ ਨੇ, ਜਿਹੜੇ ਗੁਰਾਂ ਨਾਲ ਜੁੜ ਜਾਂਦੇ ਨੇ। ਮਾਰ ਸਕੇ ਨਾ ਕੋਈ ਉਹਨੂੰ, ਮਾਰ ਸਕੇ ਨਾ ਕੋਈ ਉਹਨੂੰ, ਮਾਰ ਸਕੇ ਨਾ ਕੋਈ ਉਹਨੂੰ, ਮਾਰ ਸਕੇ ਨਾ ਕੋਈ। ਭਾਵ ਸਾਗਰ ਵਿੱਚ ਤਰ ਜਾਂਦੇ ਨੇ, ਭਾਵ ਸਾਗਰ ਵਿੱਚ ਤਰ ਜਾਂਦੇ ਨੇ, ਭਾਵ ਸਾਗਰ ਵਿੱਚ ਤਰ ਜਾਂਦੇ ਨੇ। ਉਹਨੂੰ ਹਰ ਥਾਂ ਮਿਲ ਜੀਵੇ, ਉਹਨੂੰ ਹਰ ਥਾਂ ਮਿਲ ਜੀਵੇ, ਉਹਨੂੰ ਹਰ ਥਾਂ ਮਿਲ ਜੀਵੇ, ਉਹਨੂੰ ਹਰ ਥਾਂ ਮਿਲ ਜੀਵੇ। ਕਰਿਆ ਤਾਰ ਜ਼ਿੰਦਗੀ ਕੰਮ ਤੇ ਕੰਮ ਤੇਰਾ। ਸਾਡੇ ਦਰਬਾਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਦਸਵੇਂ ਗੱਦੀ ਸੀ ਗੁਰੂ ਗਰੀਬ ਨਿਵਾਸ ਸਤਿਗੁਰੂ ਰਵਿੰਦਰਦਾਸ ਮਹਾਰਾਜ ਦਾ ਸੀ। ਸਾਰੀਆਂ ਸੰਗਤਾਂ ਗੁਰੂ ਰਾਮਦਾਸ ਮਹਾਰਾਜ ਦੇ ਨਾਮ ਦੇ ਸੰਗਤਾਂ ਤੇ ਜਨਮ ਦਿਨ ਲਾ ਕੇ ਆਈਆਂ। ਮੈਂ ਸਮਝਾਂ ਦੋ ਦੋ ਖੁਸ਼ੀਆਂ। ਇੱਕ ਵਾਰ ਤਾਂ ਮੈਨੂੰ ਥੋੜ੍ਹਾ ਯਾਦ ਹੈ ਕਿ ਜਦੋਂ ਪ੍ਰਧਾਨ ਸਾਹਿਬ ਜਦੋਂ 10 ਤਰੀਕ ਸੀਗੀ ਤੇ 10 ਤਰੀਕ ਨੂੰ ਗੁਰੂ ਦਾਸ ਮਹਾਰਾਜ ਜਾਂਦੇ ਹੁੰਦੇ ਸੀ ਤੇ ਨਾਲ 10 ਤਰੀਕ ਦਾ ਗੁਰੂ ਰਵਿੰਦਰਨਾਥ ਮਹਾਰਾਜ ਜਾਂਦੇ ਸੀ। ਆਪਾਂ ਇਕੱਠਿਆਂ ਰਲ ਕੇ ਤੇ ਕੇਕ ਕੱਟਿਆ ਸੀਗਾ, ਬਹੁਤ ਖੁਸ਼ੀਆਂ ਹੋ ਜਾਂਦੀਆਂ ਅੱਜ ਵੀ ਹੁੰਦੇ ਖੁਸ਼ੀਆਂ। ਸੋ ਉਸ ਖੁਸ਼ੀਆਂ ਨੂੰ ਮੁਖਾਤਬ ਹੋ ਕੇ ਇੱਕ ਅੰਦਰ ਦੇ ਇੱਕ ਭਾਵ, ਅੰਦਰ ਦੇ ਇੱਕ ਤਰਫ ਹੈ ਉਹ ਅੰਦਰ ਦੀ ਤਰਫ ਹੈ ਸਾਡੀਆਂ ਬੀਬੀਆਂ ਮਾਈਆਂ ਦੀ। ਉਹ ਕਿੱਦਾਂ ਕਹਿੰਦੀਆਂ ਸੰਗਤਾਂ ਕਿ ਸਤਿਗੁਰ ਆਵਣਗੇ ਮੇਰਾ ਪਾਵਣਗੇ ਘਰ ਮੇਰੇ। ਅੱਜ ਉਸ ਆਪਾਂ ਸ਼ਬਦ ਨੂੰ ਅੰਤਰਮੁਖ ਹੋ ਗਿਆ, ਅੰਤਰ ਧਿਆਨ ਹੋ ਗਿਆ, ਉਹ ਆਪਾਂ ਸਾਰੀਆਂ ਸੰਗਤਾਂ ਸਫ਼ਰ ਕਰੀਏ, ਮਹਿਸੂਸ ਕਰੀਏ ਕਿ ਅੱਜ ਖਾਨਪੁਰ ਦੀ ਨਗਰੀ ਸਾਡੇ ਗੁਰੂ ਗਰੀਬ ਨਿਵਾਸ ਸਤਿਗੁਰੂ ਦਵਿੰਦਰਦਾਸ ਮਹਾਰਾਜ ਜੀ, ਜਗ ਪਿਤਾਮਾ ਜਗਦੂਰ ਗੁਰੂ ਦਾਸ ਮਹਾਰਾਜ ਜੀ ਅੱਜ ਖਾਨਪੁਰ ਦੀ ਨਗਰੀ ਆ ਗਏ ਨੇ ਤੇ ਆਪਾਂ ਉਹਨਾਂ ਦੇ ਦਰਸ਼ਨ ਅੰਤਰਮੁਖ ਹੋ ਗਏ। ਉਹਨਾਂ ਦੇ ਦਰਸ਼ਨ ਕਰੀਏ ਨਾਲ ਆਪਾਂ ਆਪਣੀ ਰਸਨਾ ਪੁੱਤਰ ਦੇ ਜਗਾਲੇ ਤੋਂ ਬਾਅਦ ਇਹ ਆਪਾਂ ਧਾਰਨਾ ਪੜ੍ਹਦੀ ਸੀ ਸਾਰੇ ਨੇ ਪੜ੍ਹਨਾ, ਸਾਰੀਆਂ ਬੀਬੀਆਂ ਦੇ ਸਾਰੇ ਬੰਦਿਆਂ ਨੇ ਨਾਲ ਆਪਣੀ ਧਾਰਨਾ ਪੜ੍ਹਨੀ ਆ। ਇੱਕ ਜਗਾਰਾ ਜੋ ਮਨ ਸਤਿਗੁਰ ਸਤਿ ਕੇ ਜਾਵਾ।
Yeah.
ਰੱਬ ਚੜਿਕਾ ਤੇਰੀ ਜਿੰਦੇ
ਸੋਹਣਾ ਅੱਜ ਦੀ